ਨਹੀਂ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਦੋਸਤੋ? ਅਤੇ ਅੱਜ ਹੈ ਹੋਲੀ। ਸੋ ਬੇਸਿਕਲੀ ਇਹ ਇੱਕ ਰੰਗਾਂ ਦਾ ਤਿਉਹਾਰ ਹੈ ਹੋਲੀ, ਆਪਾਂ ਸਾਰੇ ਜਾਣਦੇ ਹਾਂ, ਅਤੇ ਬਹੁਤ ਸਾਰੇ ਲੋਕ ਇਹਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਆ। ਤੁਹਾਨੂੰ ਮਿਲਾਉਣਾ ਇੱਕ ਪ੍ਰਾਣੀ ਨਾਲ। ਦੇਖੋ, ਇਨਸਾਨ ਹੈ ਜਾਂ ਕੋਈ ਵੀ ਹੈ, ਕੋਈ ਵੀ ਜੀਵ ਹੈ, ਸੋ ਹਰ ਇੱਕ ਦੇ ਵਿੱਚ ਰੱਬ ਵੱਸਦਾ। ਚਾਹੇ ਆਪਾਂ ਕੋਈ ਪੇੜ ਪੌਦਾ ਹੀ ਲੈ ਲਈਏ, ਹਰ ਇੱਕ ਚੀਜ਼ ਦੇ ਵਿੱਚ ਉਸ ਪਰਮਾਤਮਾ ਦਾ ਵਾਸ ਹੈ। ਠੀਕ ਹੈ, ਸੋ ਤੁਹਾਨੂੰ ਇੱਕ ਪ੍ਰਾਣੀ ਨਾਲ ਮਿਲਾਉਣੇ ਆ ਜਿਹੜਾ ਆਪਣੇ ਘਰ ਦਾ ਕਿਊਟੈਸਟ ਪ੍ਰਾਣੀ ਹੈ। ਸੋ ਧੁੱਪ ਇੰਜੋਏ ਕਰ ਰਿਹਾ, ਅੱਜ ਦਿਖਾਈਏ। ਦੇਖੋ, ਨੈਫੀ ਨੈਫੀ ਓਏ ਨੈਫੀ ਨੈਫੀ ਓਏ, ਧੁੱਪ ਸੇਕੀ ਨਾ ਪੁੱਤਰ, ਧੁੱਪ ਸੇਕੀ ਨਾ, ਸ਼ਰਾਰਤਾਂ ਕਿਉਂ ਕਰਨਾ ਨਹੀਂ ਹੈ ਓਏ, ਸਾਰੇ ਭਾਂਡੇ ਮੂਧੇ ਮਾਰ ਰੱਖਿਆ ਉਹਦੇ। ਚਲੋ ਇੱਧਰ, ਹੈਲੋ ਨੈਫੀ। ਸੋ ਜਿਹੜੇ ਜਿਹੜੇ ਵੀ ਹੋਲੀ ਨੂੰ ਇੰਜੋਏ ਕਰਦੇ ਆ, ਰੰਗ ਖੇਡਦੇ ਆ, ਉਹਨਾਂ ਸਾਰਿਆਂ ਲਈ ਇਹ ਬਹੁਤ ਹੀ ਸੁਭਾਗਾ ਮੌਕਾ ਹੁੰਦਾ। ਅਤੇ ਮੈਂ ਵੀ ਬਹੁਤ ਹੋਲੀ ਖੇਡਦਾ ਰਿਹਾ, ਕਿਉਂਕਿ ਇਹ ਜਿਹੜਾ ਬਚਪਨ ਹੁੰਦਾ ਹੈਗਾ, ਬਚਪਨ 'ਚ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਵੀ ਤਿਉਹਾਰ ਹੁੰਦਾ ਹੈਗਾ ਉਹਦਾ ਬੜਾ ਸ਼ੌਂਕ ਹੁੰਦਾ। ਸੋ ਬਚਪਨ 'ਚ ਮੈਂ ਵੀ ਬੜੀ ਹੋਲੀ ਖੇਡੀ ਹੈ, ਲੇਕਿਨ ਜਿਵੇਂ ਜਿਵੇਂ ਵੱਡੇ ਹੁੰਦੇ ਗਏ ਉਦੋਂ ਤਾਂ ਮਤਲਬ ਸਭ ਚੀਜ਼ਾਂ ਘੱਟਦੀਆਂ ਗਈਆਂ, ਕਿਉਂਕਿ ਜਿਵੇਂ ਜਿਵੇਂ ਬੰਦਾ ਵੱਡਾ ਹੁੰਦਾ ਹੈਗਾ ਉਹਦੇ ਫਿਰ ਜ਼ਿੰਮੇਵਾਰੀਆਂ ਪੈਂਦੀਆਂ ਹੈਗੀਆਂ, ਜਾਂ ਉਹਦੀ ਬਿਜ਼ੀ ਲਾਈਫ ਇੰਨੀ ਹੋ ਜਾਂਦੀ ਹੈਗੀ, ਇੰਜੋਏ ਕਰਨਾ ਟਾਈਮ ਘੱਟ ਮਿਲਦਾ ਹੈ, ਜਾਂ ਹੁਣ ਚੀਜ਼ਾਂ ਤੋਂ ਮਤਲਬ ਬੋਰ ਹੋ ਚੁੱਕਿਆ ਹੁੰਦਾ ਹੈਗਾ। ਅਲੱਗ ਅਲੱਗ ਰੀਜ਼ਨਸ ਹੁੰਦੇ ਹਰ ਬੰਦੇ ਦੇ। ਸੋ ਬਹੁਤ ਸਾਰੇ ਵੱਡੇ ਜਿਹੜੇ ਆਪਾਂ ਕਹਿ ਸਕਦੇ ਹਾਂ, ਬਹੁਤ ਬੰਦੇ ਇੰਜੋਏ ਵੀ ਕਰਦੇ ਆ, ਬਟ ਮੋਸਟਲੀ ਇੱਦਾਂ ਹੁੰਦਾ ਹੈ ਕਿ ਜਿਵੇਂ ਜਿਵੇਂ ਏਜ ਮੁਤਾਬਿਕ ਬੰਦਾ ਆਪਣੇ ਸ਼ੌਂਕ ਜਾਂ ਆਪਣੇ ਤਿਉਹਾਰਾਂ 'ਤੇ ਉਹਨਾਂ ਚੀਜ਼ਾਂ ਨੂੰ ਘਟਾ ਦਿੰਦਾ। ਸੋ ਮੇਰੇ ਵੀ ਮੈਂ ਬਚਪਨ ਦੇ ਵਿੱਚ ਬਹੁਤ ਖੇਡਦਾ ਰਿਹਾ, ਅਤੇ ਬਟ ਹੁਣ ਨਹੀਂ ਮਨ ਕਰਦਾ। ਨੈਫੀ ਇਹ ਆਪਣਾ ਕਿਊਟੀ ਨੈਫੀ ਨੈਫੀ ਓਏ, ਹੈਲੋ ਹੈ ਬਾਈ, ਸਿਟ ਡਾਊਨ ਨੈਫੀ, ਸਿਟ ਡਾਊਨ। ਆਖੇ ਲੱਗਦਾ ਤੂੰ ਸ਼ਰਾਰਤੀ ਹੋ ਗਿਆ ਨਾ। ਇੱਕ ਸੁਨੇਹਾ, ਇੱਕ ਵਿਚਾਰ ਹੈ ਕਿ ਲੋੜਵੰਦਾਂ ਦੀ ਹੈਲਪ ਕਰੋ ਜੇ ਤੁਸੀਂ ਕਰ ਸਕਦੇ ਹੋ। ਜੇ ਤੁਹਾਡੇ ਕੋਲ ਇੰਨਾ ਕੁ ਰੱਬ ਦਾ ਦਿੱਤਾ ਹੋਇਆ ਹੈ ਕਿ ਤੁਸੀਂ ਦੂਸਰੇ ਬੰਦੇ ਨਾਲ ਕਰ ਸਕਦੇ ਹੋ, ਤਾਂ ਜ਼ਰੂਰ ਕਰੋ, ਕਿਉਂਕਿ ਆਪਾਂ ਨੂੰ ਖੁਦ ਲਈ ਉਹਨਾਂ ਕਰਕੇ ਖੁਸ਼ੀ ਨਹੀਂ ਹੁੰਦੀ ਜਿੰਨਾ ਆਪਾਂ ਦੂਜੇ ਬੰਦੇ ਲਈ ਕੁਛ ਕਰਦੇ ਹਾਂ। ਚਾਹੇ ਉਹਦੇ ਲਈ ਆਪਾਂ 10 ਰੁਪਏ ਦਾ ਯੋਗਦਾਨ ਵੀ ਦੇਈਏ ਉਸ ਇਨਸਾਨ ਨੂੰ ਜਿਹਨੂੰ ਜ਼ਰੂਰਤ ਹੈ, ਸੋ ਸ਼ਾਇਦ ਉਸ ਖੁਸ਼ੀ ਤੋਂ ਤਾਂ ਕੋਈ ਖੁਸ਼ੀ ਨਹੀਂ ਮਿਲਦੀ। ਸੋ ਦੇਖੋ ਜੀ, ਸੂਰਜ ਦੀ ਧੁੱਪ, ਕਈ ਦਿਨ ਬਰਸਾਤੀ ਮੌਸਮ ਰਿਹਾ ਤਾਂ ਸੂਰਜ ਘੱਟ ਹੀ ਦਿਖਿਆ। ਸੋ ਅੱਜ ਕਿੱਦਾਂ ਸੂਰਜ ਦੇਵਤਾ ਪ੍ਰਗਟ ਹੋਇਆ ਦੇਖੋ ਤੁਸੀਂ ਵੀ। ਐਂਡ ਨੈਫੀ ਨੈਫੀ ਹਾਏ, ਇਹ ਵੀ ਧੁੱਪ ਇੰਜੋਏ ਕਰ ਰਿਹਾ, ਹੱਸ ਖੇਡ ਰਿਹਾ। ਨੈਫੀ ਆਹ ਦੇਖ ਤੇਰੀ ਫੋਟੋ ਏ, ਨੈਫੀ ਫੋਟੋ ਨਹੀਂ ਦੇਖਦਾ। ਇਹਨਾਂ ਨੂੰ ਵੀ ਪਿਆਰ ਕਰਿਆ ਕਰੋ ਯਾਰ, ਇਹ ਪਿਆਰ ਦੇ ਭੁੱਖੇ ਹੈ। ਸੋ ਇਹਨੂੰ ਬੰਨ ਕੇ ਰੱਖਣਾ ਪੈਂਦਾ ਹੈਗਾ ਕਦੇ ਕਦੇ, ਵੈਸੇ ਖੁੱਲ੍ਹਾ ਛੱਡ ਦਿੰਦੇ ਹਾਂ, ਕਿਉਂਕਿ ਜਦੋਂ ਹੁਣ ਰੋਟੀ ਵਗੈਰਾ ਬਣਾਉਂਦੇ ਆ ਜਾਂ ਹੋਰ, ਇਹ ਸ਼ਰਾਰਤ ਬਹੁਤ ਕਰਦਾ ਹੈਗਾ, ਫਿਰ ਇਹ ਖਰਾਬ ਕਰਦਾ। ਸੋ ਇਸ ਲਈ ਇਹਨੂੰ ਸੰਗਲੀ ਪਾ ਦਿੰਦੇ ਉਹਨਾਂ ਟਾਈਮ, ਬਾਕੀ ਖੁੱਲ੍ਹਾ ਹੁੰਦਾ ਹੈਗਾ, ਇੰਜੋਏ ਕਰਦਾ। ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹਨਾਂ ਨੇ ਨਹੀਂ ਕੀਤਾ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ। ਧੰਨਵਾਦ।